ਇੱਕ 3 ਮੰਜ਼ਿਲਾ ਇਮਾਰਤ ਡਿੱਗਣ ਦੇ ਨਾਲ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ। ਦੱਸ ਦਈਏ ਕਿ 24 ਪਰਿਵਾਰ ਕਿਹਾ ਜਾ ਰਿਹਾ ਕਿ ਇਸ ਇਮਾਰਤ ਦੇ ਵਿੱਚ ਰਹਿੰਦੇ ਸੀ, ਜਿਨ੍ਹਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਹੀ ਰੈਸਕਿਊ ਕਰ ਲਿਆ ਗਿਆ, ਪਰ ਹਾਲੇ ਵੀ 2 ਲੋਕਾਂ ਦੇ ਇਸ ਇਮਾਰਤ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅਚਾਨਕ ਹੀ 3 ਮੰਜ਼ਿਲਾ ਇਮਾਰਤ ਡਿੱਗੀ ਹੈ, ਕਿਉਂਕਿ ਇਲਾਕੇ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕੰਧਾਂ ਦੇ ਵਿੱਚ ਕਾਫੀ ਜ਼ਿਆਦਾ ਸਲਾਬ ਆ ਚੁੱਕੀ ਹੈ ਅਤੇ ਹੁਣ ਇੱਕ 3 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। 24 ਦੇ ਕੁੱਲ ਪਰਿਵਾਰ ਇਸ ਦੇ ਵਿੱਚ ਰਹਿੰਦੇ ਸੀ। ਸਵੇਰੇ 4:30 ਵਜੇ ਦੇ ਕਰੀਬ ਤੜਕੇ ਇਹ ਹਾਦਸਾ ਵਾਪਰਿਆ। ਫਿਲਹਾਲ ਮੌਕੇ ਦੇ ਉੱਤੇ NDRF ਦੀ ਟੀਮ ਅਤੇ ਨਗਰ ਪਾਲਿਕਾ ਦੀਆਂ ਟੀਮਾਂ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਅਤੇ ਹਸਪਤਾਲ ਦੇ ਪ੍ਰਸ਼ਾਸਨ ਦੇ ਵੱਲੋਂ ਮੌਕੇ ਦੇ ਉੱਤੇ ਮੋਰਚਾ ਸਾਂਭਿਆ ਗਿਆ, ਪਰ ਹਾਲੇ ਤੱਕ ਲਗਾਤਾਰ ਰੈਸਕਿਊ ਓਪਰੇਸ਼ਨ ਚਲਾਇਆ ਜਾ ਰਿਹਾ, ਕਿਉਂਕਿ 3 ਮੰਜ਼ਿਲਾ ਇਮਾਰਤ ਸੀ, ਕਾਫੀ ਪੁਰਾਣੀ ਸੀ ਅਤੇ ਮਲਬਾ ਵੀ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਾਫੀ ਜ਼ਿਆਦਾ ਹੈ ਅਤੇ ਹਟਾਉਣ ਦੇ ਲਈ ਕਈ JCB ਮਸ਼ੀਨਾਂ ਬੁਲਾਈਆਂ ਗਈਆਂ ਨੇ। ਤਾਂ ਦੱਸ ਦਈਏ ਕਿ ਨਵੀਂ ਮੁੰਬਈ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ, ਜਿੱਥੇ 3 ਮੰਜ਼ਿਲਾ ਇਮਾਰਤ ਜੋ ਹੈ ਉਹ ਢਹਿ ਢੇਰੀ ਹੋ ਗਈ ਹੈ। ਤਕਰੀਬਨ ਸਾਰਿਆਂ ਨੂੰ ਹੀ ਰੈਸਕਿਊ ਕਰ ਲਿਆ, ਪਰ 2 ਵਿਅਕਤੀ ਹਾਲੇ ਇਸ ਮਲਬੇ ਦੇ ਹੇਠ ਦਬੇ ਹੋਣ ਦੀ ਆਸ਼ੰਕਾ ਜੋ ਹੈ, ਖਦਸ਼ਾ ਜੋ ਹੈ ਉਹ ਜਤਾਇਆ ਜਾ ਰਿਹਾ ਹੈ। ਤਾਂ ਨਵੀਂ ਮੁੰਬਈ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਇੱਕ ਔਰਤ ਨੂੰ ਵੀ ਰੈਸਕਿਊ ਕਰਦੇ ਹੋਏ ਸਾਫ ਦੇਖਿਆ ਜਾ ਸਕਦਾ। ਹਾਲਾਂਕਿ ਮੁੰਬਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਜਿਸ ਦੇ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋਈਆਂ ਨੇ ਅਤੇ ਕੰਧਾਂ ਜੋ ਨੇ ਬਿਲਕੁਲ ਹੀ ਸਲਾਬ ਦੇ ਨਾਲ ਬਿਲਕੁਲ ਹੀ ਦੱਸਿਆ ਜਾ ਰਿਹਾ ਕਿ ਪੋਲੀ ਹੋ ਚੁੱਕੀਆਂ ਨੇ ਅਤੇ ਅਚਾਨਕ ਹੀ ਕਿਹਾ ਜਾ ਰਿਹਾ ਕਿ ਹੁਣ ਇਹ ਡਿੱਗਦੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜੋ ਪੁਰਾਣੀ ਬਿਲਡਿੰਗਾਂ ਨੇ ਉਹਨਾਂ ਨੂੰ ਤੁਰੰਤ ਖਾਲੀ ਕਰਨ ਦੇ ਵੀ ਹੁਕਮ ਦਿੱਤੇ ਹੋਏ ਨੇ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇਸ ਇਮਾਰਤ ਦੇ ਵਿੱਚ 24 ਪਰਿਵਾਰ ਰਹਿੰਦੇ ਸੀ, ਵੱਡਾ ਹਾਦਸਾ ਵਾਪਰਿਆ। NDRF ਦੀ ਟੀਮ ਦੇ ਵੱਲੋਂ ਮੌਕੇ ਦੇ ਉੱਤੇ ਜੋ ਇਹ ਰੈਸਕਿਊ ਓਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ। ਹਾਲਾਂਕਿ 4:30 ਵਜੇ ਜਦੋਂ ਇਹ ਹਾਦਸਾ ਵਾਪਰਿਆ, ਮੌਕੇ 'ਤੇ ਹੀ ਨਗਰ ਪਾਲਿਕਾ ਦੀ ਟੀਮ ਪਹੁੰਚੀ, ਐਂਬੂਲੈਂਸਾਂ ਜੋ ਸੀ ਉਹ ਤੈਨਾਤ ਕੀਤੀਆਂ ਗਈਆਂ, ਜਿਹਨੇ ਲੋਕਾਂ ਨੂੰ ਤੁਰੰਤ ਰੈਸਕਿਊ ਕੀਤਾ ਜਾ ਸਕਦਾ ਸੀ ਕੀਤਾ ਗਿਆ। ਬਾਅਦ ਦੇ ਵਿੱਚ ਜਦੋਂ ਦੇਖਿਆ ਕਿ ਕੰਡੀਸ਼ਨ ਕਾਫੀ ਜ਼ਿਆਦਾ ਵੱਧ ਤੋਂ ਬਦਤਰ ਹੋ ਚੁੱਕੀ ਹੈ, ਤਾਂ ਉਸ ਤੋਂ ਬਾਅਦ NDRF ਦੀ ਮਦਦ ਲਈ ਗਈ। NDRF ਦੇ ਜਵਾਨਾਂ ਦੇ ਵੱਲੋਂ ਹੁਣ ਮੋਰਚਾ ਸਾਂਭਿਆ ਗਿਆ, 2 ਲੋਕਾਂ ਦੇ ਹਾਲੇ ਇਸ ਦੇ ਵਿੱਚ ਦਬੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਹੀ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇੱਕ 3 ਮੰਜ਼ਿਲਾ ਇਮਾਰਤ ਡਿੱਗਣ ਦੇ ਨਾਲ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ। ਦੱਸ ਦਈਏ ਕਿ 24 ਪਰਿਵਾਰ ਕਿਹਾ ਜਾ ਰਿਹਾ ਕਿ ਇਸ ਇਮਾਰਤ ਦੇ ਵਿੱਚ ਰਹਿੰਦੇ ਸੀ, ਜਿਨ੍ਹਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਹੀ ਰੈਸਕਿਊ ਕਰ ਲਿਆ ਗਿਆ, ਪਰ ਹਾਲੇ ਵੀ 2 ਲੋਕਾਂ ਦੇ ਇਸ ਇਮਾਰਤ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅਚਾਨਕ ਹੀ 3 ਮੰਜ਼ਿਲਾ ਇਮਾਰਤ ਡਿੱਗੀ ਹੈ, ਕਿਉਂਕਿ ਇਲਾਕੇ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਕੰਧਾਂ ਦੇ ਵਿੱਚ ਕਾਫੀ ਜ਼ਿਆਦਾ ਸਲਾਬ ਆ ਚੁੱਕੀ ਹੈ ਅਤੇ ਹੁਣ ਇੱਕ 3 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। 24 ਦੇ ਕੁੱਲ ਪਰਿਵਾਰ ਇਸ ਦੇ ਵਿੱਚ ਰਹਿੰਦੇ ਸੀ। ਸਵੇਰੇ 4:30 ਵਜੇ ਦੇ ਕਰੀਬ ਤੜਕੇ ਇਹ ਹਾਦਸਾ ਵਾਪਰਿਆ। ਫਿਲਹਾਲ ਮੌਕੇ ਦੇ ਉੱਤੇ NDRF ਦੀ ਟੀਮ ਅਤੇ ਨਗਰ ਪਾਲਿਕਾ ਦੀਆਂ ਟੀਮਾਂ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਅਤੇ ਹਸਪਤਾਲ ਦੇ ਪ੍ਰਸ਼ਾਸਨ ਦੇ ਵੱਲੋਂ ਮੌਕੇ ਦੇ ਉੱਤੇ ਮੋਰਚਾ ਸਾਂਭਿਆ ਗਿਆ, ਪਰ ਹਾਲੇ ਤੱਕ ਲਗਾਤਾਰ ਰੈਸਕਿਊ ਓਪਰੇਸ਼ਨ ਚਲਾਇਆ ਜਾ ਰਿਹਾ, ਕਿਉਂਕਿ 3 ਮੰਜ਼ਿਲਾ ਇਮਾਰਤ ਸੀ, ਕਾਫੀ ਪੁਰਾਣੀ ਸੀ ਅਤੇ ਮਲਬਾ ਵੀ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਾਫੀ ਜ਼ਿਆਦਾ ਹੈ ਅਤੇ ਹਟਾਉਣ ਦੇ ਲਈ ਕਈ JCB ਮਸ਼ੀਨਾਂ ਬੁਲਾਈਆਂ ਗਈਆਂ ਨੇ। ਤਾਂ ਦੱਸ ਦਈਏ ਕਿ ਨਵੀਂ ਮੁੰਬਈ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ, ਜਿੱਥੇ 3 ਮੰਜ਼ਿਲਾ ਇਮਾਰਤ ਜੋ ਹੈ ਉਹ ਢਹਿ ਢੇਰੀ ਹੋ ਗਈ ਹੈ। ਤਕਰੀਬਨ ਸਾਰਿਆਂ ਨੂੰ ਹੀ ਰੈਸਕਿਊ ਕਰ ਲਿਆ, ਪਰ 2 ਵਿਅਕਤੀ ਹਾਲੇ ਇਸ ਮਲਬੇ ਦੇ ਹੇਠ ਦਬੇ ਹੋਣ ਦੀ ਆਸ਼ੰਕਾ ਜੋ ਹੈ, ਖਦਸ਼ਾ ਜੋ ਹੈ ਉਹ ਜਤਾਇਆ ਜਾ ਰਿਹਾ ਹੈ। ਤਾਂ ਨਵੀਂ ਮੁੰਬਈ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਇੱਕ ਔਰਤ ਨੂੰ ਵੀ ਰੈਸਕਿਊ ਕਰਦੇ ਹੋਏ ਸਾਫ ਦੇਖਿਆ ਜਾ ਸਕਦਾ। ਹਾਲਾਂਕਿ ਮੁੰਬਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਜਿਸ ਦੇ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋਈਆਂ ਨੇ ਅਤੇ ਕੰਧਾਂ ਜੋ ਨੇ ਬਿਲਕੁਲ ਹੀ
ਸਲਾਬ ਦੇ ਨਾਲ ਬਿਲਕੁਲ ਹੀ ਦੱਸਿਆ ਜਾ ਰਿਹਾ ਕਿ ਪੋਲੀ ਹੋ ਚੁੱਕੀਆਂ ਨੇ ਅਤੇ ਅਚਾਨਕ ਹੀ ਕਿਹਾ ਜਾ ਰਿਹਾ ਕਿ ਹੁਣ ਇਹ ਡਿੱਗਦੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜੋ ਪੁਰਾਣੀ ਬਿਲਡਿੰਗਾਂ ਨੇ ਉਹਨਾਂ ਨੂੰ ਤੁਰੰਤ ਖਾਲੀ ਕਰਨ ਦੇ ਵੀ ਹੁਕਮ ਦਿੱਤੇ ਹੋਏ ਨੇ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇਸ ਇਮਾਰਤ ਦੇ ਵਿੱਚ 24 ਪਰਿਵਾਰ ਰਹਿੰਦੇ ਸੀ, ਵੱਡਾ ਹਾਦਸਾ ਵਾਪਰਿਆ। NDRF ਦੀ ਟੀਮ ਦੇ ਵੱਲੋਂ ਮੌਕੇ ਦੇ ਉੱਤੇ ਜੋ ਇਹ ਰੈਸਕਿਊ ਓਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ। ਹਾਲਾਂਕਿ 4:30 ਜਦੋਂ ਇਹ ਹਾਦਸਾ ਵਾਪਰਿਆ, ਮੌਕੇ 'ਤੇ ਹੀ ਨਗਰ ਪਾਲਿਕਾ ਦੀ ਟੀਮ ਪਹੁੰਚੀ, ਐਂਬੂਲੈਂਸਾਂ ਜੋ ਸੀ ਉਹ ਤੈਨਾਤ ਕੀਤੀਆਂ ਗਈਆਂ, ਜਿਹਨੇ ਲੋਕਾਂ ਨੂੰ ਤੁਰੰਤ ਰੈਸਕਿਊ ਕੀਤਾ ਜਾ ਸਕਦਾ ਸੀ ਕੀਤਾ ਗਿਆ। ਬਾਅਦ ਦੇ ਵਿੱਚ ਜਦੋਂ ਦੇਖਿਆ ਕਿ ਕੰਡੀਸ਼ਨ ਕਾਫੀ ਜ਼ਿਆਦਾ ਵੱਧ ਤੋਂ ਬਦਤਰ ਹੋ ਚੁੱਕੀ ਹੈ, ਤਾਂ ਉਸ ਤੋਂ ਬਾਅਦ NDRF ਦੀ ਮਦਦ ਲਈ ਗਈ। NDRF ਦੇ ਜਵਾਨਾਂ ਦੇ ਵੱਲੋਂ ਹੁਣ ਮੋਰਚਾ ਸਾਂਭਿਆ ਗਿਆ। ਦੋ ਲੋਕਾਂ ਦੇ ਹਾਲੇ ਇਸ ਦੇ ਵਿੱਚ ਦਬੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਹੀ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।